ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੀ ਹਾਲ ਚਾਲ ਸਾਰਿਆਂ ਦਾ? ਆਇਓ ਤੁਸੀਂ ਸਾਰੇ ਬਹੁਤ ਘੈਂਟ ਹੋਵੋਗੇ ਅਤੇ ਆਪਾਂ ਵੀ ਬਹੁਤ ਵਧੀਆ। ਮੈਰੀ ਨੂੰ ਲੱਗੀ ਸੀ ਭੁੱਖ, ਨਾਲੇ ਗੱਡੀ ਚਲਾ ਰਿਹਾ ਸੀ ਅਤੇ ਨਾਲੇ ਮੈਰੀਨ ਖਾ ਰਿਹਾ ਸੀ ਬਿਸਕਿਟ, ਹੈ ਨਾ। ਇੱਥੇ ਦੇਖੋ, ਰਾਤ ਨੂੰ ਮੈਰੀਨ ਨੇ ਸਾਰਿਆਂ ਨਾਲ ਫੁੱਲ ਮਸਤੀ ਕੀਤੀ, ਹੈ ਨਾ। ਕੋਈ ਕੋਈ ਦਿਨ ਮਿਲਦਾ ਇਹਨਾਂ ਨੂੰ ਇੱਥੇ ਘਰ ਜਾਣ ਦਾ, ਕਿ ਮਹੀਨੇ 'ਚ ਇੱਕ ਅੱਧਾ ਗੇੜਾ ਲੱਗਦਾ ਹੁੰਦਾ ਸਾਡਾ ਘਰ, ਹੈ ਨਾ ਵੀ। ਹਾਂਜੀ, ਹੋ ਗਈ ਸੀ ਨੈਕਸਟ ਮੋਰਨਿੰਗ, 7 ਵੱਜ ਗਏ ਨੇ ਅਤੇ ਇੱਧਰੋਂ ਹਜੇ ਮਹਿਰੀਨ ਸੁੱਤਾ ਪਿਆ, ਮਹਿਰੀਨ ਦਾ ਚਾਚਾ ਵੀ ਹਜੇ ਸੁੱਤਾ ਪਿਆ ਗਾ। ਹਾਂਜੀ, ਆਪਾਂ ਆਏ ਸੀ ਪਿੰਡ ਵਾਲੇ ਸਕੂਲ 'ਚ, ਇੱਥੇ ਆਪਾਂ ਨੂੰ ਥੋੜ੍ਹਾ ਜਿਹਾ ਕੰਮ ਸੀਗਾ ਅਤੇ ਮਹਿਰੀਨ ਨੂੰ ਝੂਲੇ ਦੇ ਸੀਗੇ, ਕਹਿੰਦਾ ਮੈਂ ਤਾਂ ਪੀਂਘ 'ਤੇ ਝੂਟਾ ਹੀ ਲੈਣਾ, ਫੁੱਲ ਮਸਤ ਆ ਦੇਖੋ। ਹੈਲੋ ਹੈਲੋ, ਹਾਂਜੀ। ਹੁਣ ਆਪਾਂ ਆ ਗਏ ਸੀ ਘਰੇ ਅਤੇ ਘਰੇ ਆ ਕੇ ਗੁੱਗੂ ਮਸਤੀ ਕਰ ਰਿਹਾ ਸੀ ਆਪਣੇ ਗੁੱਡੇ ਨਾਲ, ਬਾਲੂ ਨਾਲ। ਹਾਂਜੀ, ਵਾਪਸ ਆਉਣ ਤੋਂ ਪਹਿਲਾਂ ਆਪਾਂ ਇੱਥੇ ਲਾਈ ਹੋਈ ਸੀ ਮਹਿਫਲ ਸਾਰਿਆਂ ਨੇ, ਅਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨੈਕਸਟ ਵੀਡੀਓ 'ਚ। ਬਾਏ ਬਾਏ, ਟੇਕ ਕੇਅਰ।